ਇਤਿਹਾਸਿਕ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਦੀਦਾਰਿਆਂ ਲਈ ਸੰਗਤ ਦੂਰ ਦੁਰਾਡੇ ਤੋਂ ਇੱਥੇ ਪਹੁੰਚਦੀ ਹੈ ਤੇ ਨਤਮਸਤਕ ਹੁੰਦੀ ਹੈ। ਉਹਨਾਂ ਦੀ ਸਹੂਲਤ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਹੀ 3 ਸਰਾਵਾਂ ਬਣਵਾਈਆਂ ਗਈਆਂ ਨੇ, ਜਿਸ ਤੋਂ ਬਾਅਦ ਹੁਣ 4ੀ ਸਰਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਮੈਨੇਜਮੈਂਟ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਲਡਿੰਗ ਬਣਾਈ ਗਈ ਹੈ, ਜਿਸ ਨੂੰ ਸਰਾਵਾਂ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ ਤੇ ਇਸ ਦੇ ਵਿੱਚ 40 ਆਲੀਸ਼ਾਨ ਕਮਰੇ ਬਣ ਕੇ ਤਿਆਰ ਕਰ ਦਿੱਤੇ ਗਏ ਨੇ। ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਕਾਲਾ ਬਾਬਾ ਜੀ ਭੂਰੀ ਵਾਲੇ ਵਿਸ਼ੇਸ਼ ਤੌਰ ਤੇ ਹਾਜ਼ਰ ਨੇ। ਬਾਬਾ ਜੀ, ਕਿੰਨੇ ਕਮਰੇ ਇੱਥੇ ਤਿਆਰ ਹੋ ਗਏ ਹੈ ਤੇ ਕਿਹੋ ਜੀ ਸਰਾਂ ਇਹ ਬਣੀ ਹੈ ਤੇ ਕਿਉਂ ਬਣਾਈ ਗਈ? ਮਹਾਰਾਜ ਜੀ, ਸੰਗਤ ਦੇ ਸਹੂਲਤ ਵਾਸਤੇ ਬਣਾਈ ਗਈ ਆ। ਇਹ 40 ਕਮਰੇ ਇਸ ਟਾਈਮ ਬਿਲਕੁਲ ਤਿਆਰ ਹੋ ਗਏ ਨੇ ਸੰਗਤ ਦੀ ਸਹੂਲਤ ਵਾਸਤੇ। ਤੇ ਐਟਮ ਤਿਆਰ ਆ ਜੀ, ਲਿਫਟ ਵੀ ਲੱਗ ਗਈ ਆ ਜੀ, ਤੇ AC ਵੀ ਲੱਗੇ ਹੋਏ ਨੇ ਜੀ, ਤੇ ਬਹੁਤ ਅਲੀਸ਼ਾਨ ਜਿਹੜੇ 40 ਕਮਰੇ ਤਿਆਰ ਹੋਏ ਨੇ, ਬਹੁਤ ਵਧੀਆ ਤਿਆਰ ਹੋਏ ਨੇ ਜੀ ਸੰਗਤ ਦੀ ਸਹੂਲਤ ਵਾਸਤੇ। ਬਾਬਾ ਜੀ, 7 ਮੰਜ਼ਿਲਾਂ ਤਿਆਰ ਹੋ ਚੁੱਕੀਆਂ ਹੈ ਤੇ 7 ਹੀ ਲਿਫਟਾਂ ਲੱਗ ਗਈਆਂ ਹੈ, ਹੋਰ ਕਿੰਨੀਆਂ ਮੰਜ਼ਿਲੀਆਂ ਇਹਦੀਆਂ ਬਣੀਆਂ ਨੇ ਤੇ ਕੁੱਲ ਕਿੰਨੇ ਕਮਰੇ ਬਣਨੇ ਨੇ? ਇੱਦਾਂ ਜੀ, ਇਹ 7 ਮੰਜ਼ਿਲੀ ਤਿਆਰ ਹੋਈ ਹੈ ਤੇ ਇਹ 10 ਮੰਜ਼ਿਲੀ ਬਣਨੀ ਆ ਜੀ, ਤੇ 7 ਮੰਜ਼ਿਲਾਂ ਹੋਈਆਂ, 3 ਮੰਜ਼ਿਲਾਂ ਜੇ ਹੋਰ ਤਿਆਰ ਹੋਣਗੀਆਂ, ਜਿਹਦੇ ਵਿੱਚ 500 ਕਮਰਾ ਤਿਆਰ ਹੋਊਗਾ ਜੀ, ਜਿਹੜਾ ਇਸ ਟਾਈਮ ਸੇਵਾ ਨਿਰੰਤਰ ਚੱਲ ਰਹੀ ਹੈ। ਜਿਸ ਤਰ੍ਹਾਂ ਦੀ ਇਹ ਬਿਲਡਿੰਗ ਹੈ, ਇੱਕ ਜਦੋਂ ਆਉਂਦੇ ਨੇ ਸੰਗਤ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ 5-7 ਹੋਟਲ ਵਰਗੀ ਫੀਲਿੰਗ ਵੀ ਆਉਂਦੀ ਹੈ, ਕਿਉਂਕਿ ਅੰਦਰੋਂ ਜੇ ਇੰਟੀਰੀਅਰ ਦੀ ਗੱਲ ਕੀਤੀ ਜਾਵੇ ਤੇ ਆਧੁਨਿਕ ਚੀਜ਼ਾਂ ਦੀ ਸਹੂਲਤ ਜੋ ਹੁੰਦੀ ਹੈ, ਉਹ ਚਾਹੇ ਬੱਚੇ ਔਰ ਬਜ਼ੁਰਗ ਆਉਂਦੇ ਨੇ ਉਹਨਾਂ ਨੂੰ ਲਿਫਟ ਪੌੜੀਆਂ ਨਹੀਂ ਚੜੀਆਂ ਜਾਂਦੀਆਂ, ਤਾਂ ਉਸ ਦੇ ਸੰਬੰਧ ਦੇ ਵਿੱਚ ਕਿਹੋ ਜਿਹਾ ਇੰਟੀਰੀਅਰ ਹੈ ਜਾਂ ਹਾਈਟੈਕ ਹੋਣ ਕਰਕੇ ਦਰਵਾਜ਼ੇ ਸਕਿਉਰਿਟੀ ਪਰਪਸ CCTV ਕੈਮਰੇ ਵਗੈਰਾ ਲਗਾਏ ਹੋਏ ਨੇ? ਸਾਰੇ ਮਹਾਰਾਜ ਜੀ, ਮਤਲਬ ਕੈਮਰੇ ਵੀ ਲੱਗੇ ਹੋਏ ਨੇ ਹਰ ਥਾਂ ਤੇ ਜੀ, ਤੇ ਬਹੁਤ ਵਧੀਆ ਲਿਫਟ ਚਾਲੂ ਆ ਜੀ, ਬਜ਼ੁਰਗਾਂ ਵਾਸਤੇ, ਬੱਚਿਆਂ ਵਾਸਤੇ ਹਰ ਇੱਕ ਸਹੂਲਤ ਦਿੱਤੀ ਹੋਈ ਹੈ ਜੀ। ਜਲ ਵੀ, ਜਲ ਪਾਣੀ ਪੀਣ ਵਾਸਤੇ ਠੰਡਾ ਮਹਾਰਾਜ ਜੀ, ਉਹ ਵੀ ਕੈਂਡੀਆਂ ਲੱਗੀਆਂ ਹੋਈਆਂ ਵਾ ਜੀ ਹਰ ਮੰਜ਼ਿਲ ਦੇ ਉੱਤੇ ਜੀ, ਤੇ ਹਰ ਇੱਕ ਸਹੂਲਤ ਦਿੱਤੀ ਹੋਈ ਆ ਜੀ। ਸੋ ਸੰਗਤ ਕਦੇ ਵੀ ਆ ਕੇ ਇੱਥੇ ਆਪਣਾ ਕਮਰਾ ਬੁੱਕ ਕਰਵਾ ਸਕਦੀ ਹੈ? ਜਦੋਂ ਮਰਜ਼ੀ ਆ ਕੇ ਕਰਾ ਸਕਦੀ ਹੈ ਮਹਾਰਾਜ ਜੀ, ਕੋਈ ਇਹੋ ਜਿਹੀ ਪਰੇਸ਼ਾਨੀ ਨਹੀਂ ਆ। ਜੇ ਕਮਰੇ ਵਿਹਲੇ ਆ ਤੇ ਜ਼ਰੂਰ ਦਿੰਦੇ, ਮਿਲਦੇ ਨੇ, ਹਰ ਇੱਕ ਸੰਗਤ ਨੂੰ ਮਿਲਦੇ ਆ ਜੀ, ਕੋਈ ਵੀ ਆ ਜਾਵੇ।